ਕਹਿੰਦੇ ਕਿਸਾਨ ਕਿਸਾਨਾਂ ਦੇ ਤਾਂ ਦਿੱਲੀ ਵਾਲੇ ਵੱਡੇ ਹੁੰਦੇ ਨੇ, ਆਹ ਸਕੋਰਪੀਓ ਦੇ ਪਿੱਛੇ ਟਰਾਲੀ ਜੋੜ ਕੇ ਲਿਆ। ਕਹਿੰਦੇ ਵੀ ਆਹ ਦੇਖ ਲਓ ਤਸਵੀਰਾਂ ਵੱਖੋ ਵੱਖਰੀਆਂ ਦੇਖਣ ਨੂੰ ਮਿਲਦੀਆਂ, ਅੰਨਦਾਤਾ ਖੁੱਲ੍ਹੇ ਦਿਲ ਵਾਲਾ ਹੈ ਅਤੇ ਇਹਨਾਂ ਨੂੰ ਫਰਕ ਨਹੀਂ ਪੈਂਦਾ। ਕਹਿੰਦਾ ਜਦੋਂ ਲੜਾਈ ਆਰ ਪਾਰ ਦੀ ਹੋਵੇ ਤਾਂ ਅਸੀਂ ਪਿੱਛੇ ਨਹੀਂ ਹਟਦੇ, ਆਹ ਟਰਾਲੀ ਪਾਈ ਫਿਰਦਾ ਸਕੋਰਪੀਓ ਦੇ ਪਿੱਛੇ। ਯਾਰ ਤੁਸੀਂ ਲਾ ਲਓ ਅੰਦਾਜ਼ਾ ਕਿ ਕਿਸਾਨਾਂ ਦੇ ਦਿਲ ਕਿੰਨੇ ਖੁੱਲ੍ਹੇ ਨੇ ਅਤੇ ਦਿਮਾਗ ਕਿੰਨੇ ਖੁੱਲ੍ਹੇ ਨੇ, ਜਦੋਂ ਗੱਲ ਆਪਦੀ ਮੰਗਾਂ 'ਤੇ ਆ ਜੇ ਮਨਵਾਉਣ ਦੇ ਲਈ ਕੁਛ ਮਰਜ਼ੀ ਕਰ ਦਿੰਦੇ ਆ ਅਤੇ ਟਰਾਲੀ ਭਰੀ ਫਿਰਦੇ ਆ। ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਜਗਾੜ ਲਾ ਲਿਆ, ਨਵਾਂ ਹੀ ਜਗਾੜ ਕਸਿਆ ਅਤੇ ਕਿਵੇਂ ਤਿਆਰ ਕਰਕੇ ਲਿਆਇਆ ਬਾਈ, ਸਾਰੀ ਗੱਲਬਾਤ ਪੁੱਛਦੇ ਹਾਂ, ਸਾਰੀ ਗੱਲਬਾਤ ਤੁਹਾਨੂੰ ਸੁਣਾਉਣੇ। ਪਹਿਲਾਂ ਤਾਂ ਚੱਲਦੀ ਵੀਡੀਓ ਦੋਸਤੋ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗ ਸਕੇ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਜਾਇਜ਼ ਨੇ ਅਤੇ ਸਰਕਾਰਾਂ ਨੂੰ ਉਹ ਮੰਗਾਂ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਨੇ। ਅਤੇ ਆਹ ਕਿਸਾਨ ਕੀ ਕਹਿੰਦੇ ਨੇ, ਜਿਹੜੇ ਟਰਾਲੀ ਸਕੋਰਪੀਓ ਦੇ ਪਿੱਛੇ ਪਾਈ ਬੈਠੇ ਨੇ ਅਤੇ ਨਵਾਂ ਹੀ ਜਗਾੜ ਕੱਸ ਲਿਆ, ਅਤੇ ਸੋਸ਼ਲ ਮੀਡੀਆ 'ਤੇ ਇਹਨਾਂ ਦੀ ਵੀਡੀਓ ਜਿਹੜੀ ਆ ਉਹ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ। ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਅਤੇ ਕਮੈਂਟਾਂ 'ਚ ਆਪਦੀ ਰਾਏ ਜ਼ਰੂਰ ਦਿਓ। ਅਤੇ ਹੁਣ ਸੁਣਾਉਂਦੇ ਹਾਂ ਤੁਹਾਨੂੰ ਆਹ ਟਰਾਲੀ ਜਿਹੜਾ ਬਾਈ ਜੋੜ ਕੇ ਲਿਆ ਨਾ ਸਕੋਰਪੀਓ ਦੇ ਪਿੱਛੇ, ਉਹਦਾ ਕੀ ਕਹਿਣਾ? ਤੁਸੀਂ ਟਰੈਕਟਰ ਦੇ ਪਿੱਛੇ ਨਹੀਂ ਪਾਈ, ਸਕੋਰਪੀਓ ਦੇ ਪਿੱਛੇ ਪਾਈ ਫਿਰਦੇ ਟਰਾਲੀ? ਕਿਹੜਾ ਪਿੰਡ ਆ? ਢੀਂਡਸਾ। ਤਾਂ ਬਾਈਆਂ ਨਾਲ ਗੱਲਬਾਤ ਕਰਦੇ ਆ ਬਾਈ, ਮਾਹੌਲ ਦਿਖਾਉਂਦੇ ਆ ਕਿਸ ਤਰ੍ਹਾਂ ਦਾ ਮਾਹੌਲ ਆ, ਕਿਉਂ ਮਿਲਿਆ? ਹਲੋ, ਹੋਰ ਗੱਲਬਾਤ ਕਰਾਉਣੀ ਇਹਦੇ ਨਾਲ ਸਕੋਰਪੀਓ ਨਾਲ। ਬਾਈ ਕਿਹੜਾ ਪਿੰਡ ਆਪਣਾ? ਢੀਂਡਸਾ ਜੀ। ਢੀਂਡਸਾ ਪਿੰਡ ਹੈ ਜੀ। ਢੀਂਡਸਾ ਪਟਾਲ ਪਾਠੋਂ ਇਹ? ਹਾਂਜੀ ਹਾਂਜੀ। ਇਹ ਕਿਵੇਂ ਤੁਸੀਂ ਬਾਈ ਸਕੋਰਪੀਓ ਦੇ ਪਿੱਛੇ ਜਗਾੜ ਕਰੀ ਫਿਰਦੇ ਹੋ? ਟਰੈਕਟਰ ਹੀ ਲੈ ਕੇ ਆਏ? ਟਰੈਕਟਰ ਮੰਗ ਰਹਿੰਦੇ ਜੀ। ਅੱਛਾ, ਟਰੈਕਟਰ ਬਾਅਦ ਚ ਆਊਗਾ। ਇਹ ਬਾਈ ਬਣਾਇਆ ਕਿਵੇਂ ਆ ਪੂਰਾ ਸਿਸਟਮ, ਕੀ ਲਾਇਆ ਹੁੱਕਾ, ਕਿਉਂਕਿ ਮਾੜਾ ਦੱਸੋ, ਜਾਣਕਾਰੀ ਦਿਓ। ਹੁੱਕ ਲਾਈ ਹੈ ਜੀ ਪਿੱਛੇ, ਟਰਾਲੀ ਪੈਂਦੀ ਕੀਤੀ ਹੈਗੀ। ਅੱਛਾ ਬਾਈ, ਰਾਸ਼ਨ ਪਾਣੀ ਸਾਰਾ ਸਾਡਾ 6 ਮਹੀਨੇ ਦੇ ਵਿੱਚ ਲੱਖਿਆ ਹੈ ਜੀ। ਅੱਛਾ ਹਾਂਜੀ ਹਾਂ, ਦਿੱਲੀ ਨੂੰ ਕੂਚ ਕਰ ਰਹੇ ਹਾਂ ਜੀ। ਬੰਦੇ ਕਹਿੰਦੇ ਹੋ ਤੁਸੀਂ? ਘੱਟੋ ਘੱਟ 15 ਲਓ ਜੀ, 6 ਮਹੀਨੇ ਦਾ ਰਾਸ਼ਨ ਆ। ਸਾਰੇ ਵਿੱਚ ਕੋਈ ਟਰਾਲੀ ਦੇ ਨਾਲ ਅੱਗੇ ਬੈਠੇ ਹੋ? 25 ਬੰਦੇ ਆ ਵਿੱਚ, ਟਰਾਲੀ ਵਾਲੇ 25 ਬੰਦੇ ਆ ਜੀ ਲੱਗੇ। ਸਾਰੇ 25 ਬੰਦੇ ਹੋ? ਹਾਂਜੀ ਹਾਂਜੀ। ਅੱਛਾ 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 ਅੱਛਾ। ਤੇ ਹੁਣ ਅੱਗੇ ਦਾ ਕੀ ਪ੍ਰੋਗਰਾਮ ਆ? ਖਨੌਰੀ ਵੱਲ ਨੂੰ ਜਾ ਰਹੇ ਹੋ ਤੁਸੀਂ? ਹਾਂਜੀ ਹਾਂ। ਉੱਥੇ ਰੁਕੋਗੇ ਜਾ ਕੇ? ਹਾਂਜੀ ਹਾਂ, ਖਨੌਰੀ ਸਿਰਾ ਕਰਾਈ ਜਾਂਦੇ ਬਾਈ ਜਮਾ ਸਿੱਧੂਪੁਰ ਜੂਨੀਅਰ ਜੀ। ਅੱਛਾ ਬਾਈ, ਪਿਛਲੀ ਵਾਰ ਕਦੋਂ ਗਏ ਤੇ? ਪਿਛਲੀ ਵਾਰ ਵੀ ਸਕੋਰਪੀਓ ਲੈ ਕੇ ਗਏ ਤੇ? ਹਾਂਜੀ ਹਾਂਜੀ ਹਾਂਜੀ। ਉਦੋਂ ਵੀ ਟਰਾਲੀ ਪਾਈ? ਆ ਦੇਖੋ। ਹਾਂਜੀ ਹਾਂਜੀ। ਤਾਂ ਮਿੱਤਰ ਪਿਆਰੋ, ਤੁਸੀਂ ਦੇਖ ਰਹੇ ਹੋ ਕਿ ਬਾਈਆਂ ਨੇ ਸਕੋਰਪੀਓ ਦੇ ਪਿੱਛੇ ਟਰਾਲੀ ਪਾਈ ਹੋਈ ਆ। ਸੋ ਜੋਸ਼ ਆ ਕਿਹੜਾ ਨੌਜਵਾਨਾਂ ਦੇ ਵਿੱਚ? ਜੋਸ਼ ਬਹੁਤ ਆ। ਪਿਛਲੇ ਵਾਰ ਵੀ ਬਾਈ ਹੋਰੇ ਟਰਾਲੀ ਪਾ ਕੇ ਲੈ ਕੇ ਗਏ ਸੀ, ਆਹ ਤਸਵੀਰਾਂ ਦੇਖ ਲਓ ਜਿਹੜੀਆਂ ਨਾਲ ਨਾਲ ਚੱਲੀ ਜਾਂਦੀਆਂ। ਬਾਈ ਹੋਰੇ ਕਹਿੰਦੇ ਵੀ ਅਸੀਂ ਤਾਂ ਸਿਰਾ ਕਰਾ ਦਾਂਗੇ, ਲੜਾਈ ਸਾਡੀ ਮੰਗਾਂ ਦੀ ਆ, ਅਸੀਂ ਤਾਂ ਉਵੇਂ ਹੀ ਪਹੁੰਚ ਜਾਂਗੇ ਦਿੱਲੀ ਅਤੇ ਆਹ ਸਕੋਰਪੀਓ ਦੇ ਪਿੱਛੇ ਟਰਾਲੀ ਪਾਈ ਫਿਰਦਾ। ਬਾਈ ਹੋਰੇ ਕਹਿੰਦੇ ਵੀ ਅਜੇ ਤਾਂ ਦਿਨ ਥੋੜ੍ਹੇ ਹੋਏ ਨੇ, ਅਸੀਂ ਤਾਂ ਚਾਹੇ 6 ਮਹੀਨੇ ਲੱਗਣ ਚਾਹੇ ਸਾਲ ਲੱਗਣ, ਅਸੀਂ ਤਾਂ ਇਸੇ ਤਰ੍ਹਾਂ ਕਰਦੇ ਰਹਾਂਗੇ, ਆਪਣੀ ਮੰਗਾਂ ਮਨਵਾ ਕੇ ਹਟਾਂਗੇ, ਫਿਰ ਹੀ ਘਰਾਂ ਨੂੰ ਵਾਪਸ ਜਾਵਾਂਗੇ। ਆਹ ਦੇਖੋ ਟਰਾਲੀ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਅਤੇ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਨੇ ਜਿਹੜੀਆਂ ਬਹੁਤ ਹੀ ਅਸਰਦਾਰ ਨੇ। ਤਾਂ ਦੋਸਤੋ, ਕਿਸਾਨਾਂ ਦੀ ਸਪੋਰਟ ਦੇ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਜਿਹੜੀ ਕਿਸਾਨਾਂ ਦੇ ਲਈ ਜਿਹੜਾ ਮੰਗਾਂ ਨੂੰ ਲੈ ਕੇ ਲਗਾਤਾਰ ਅੰਦੋਲਨ ਚੱਲ ਰਿਹਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਮੈਂਟਾਂ 'ਚ ਆਪਦੀ ਰਾਏ ਜ਼ਰੂਰ ਸਾਂਝੀ ਕਰਿਓ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਧੰਨਵਾਦ।